ਸ਼ਰਧਾ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਡਰ ਲੋਕ ਬਣਾ ਦਿੰਦੇ ਨੇ ਕਿ ਪਿਤਰ ਦੋਸ਼ ਹੈ, ਪਿਤਰਾਂ ਨੂੰ ਖੁਸ਼ ਕਰਨਾ ਚਾਹੀਦਾ, ਪਿਤਰ ਤੁਹਾਨੂੰ ਤੰਗ ਕਰਦੇ ਨੇ। ਔਰ ਪਿਤਰ ਦੋਸ਼ ਤੰਗ ਵੀ ਕਰਦਾ ਹੈ। ਅਸੀਂ ਉਹ ਦਾਨ ਨਹੀਂ ਕਰਦੇ, ਉਹ ਠੀਕ 15 ਦਿਨ ਅਮਾਵਸਿਆ ਵਾਲੇ ਦਿਨ ਫਿਰ ਬਿਲਕੁਲ ਨਿਰਾਸ਼ ਹੋ ਕੇ ਜਦੋਂ ਵਾਪਿਸ ਜਾਂਦੇ ਆ ਉਦੋਂ ਤੁਹਾਨੂੰ ਸ਼ਰਾਪਿਤ ਕਰਦੇ ਆ। ਉਹ ਸ਼ਰਾਪ 'ਚ ਕੀ ਹੁੰਦਾ, ਤੁਹਾਡਾ ਵੰਸ਼ ਵਧਣਾ ਰੁਕ ਜਾਂਦਾ, ਤੁਹਾਡੇ ਘਰ 'ਚ ਕਲਾ ਕਲੇਸ਼ ਰਹਿਣ ਲੱਗ ਪੈਂਦਾ, ਤੁਹਾਡੇ ਘਰ ਵਿੱਚ ਧਨ ਨਹੀਂ ਰੁਕਦਾ, ਬਿਮਾਰੀ ਵੱਧ ਜਾਂਦੀ ਆ। ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਆਪਣਾ ਘਰ ਬਾਰ ਬਣਾਉਣ ਲਈ, ਆਪਣੇ ਬੱਚਿਆਂ ਨੂੰ ਸੈਟਲ ਕਰਨ ਲਈ, ਉਹਨਾਂ ਨੂੰ ਪੂਰੀ ਤਰ੍ਹਾਂ ਸੈਟਲ ਕਰਤਾ, ਮਤਲਬ ਜੋ ਕੁਛ ਵੀ ਮੈਂ ਕਰ ਸਕਦਾ ਇਹ ਕੀਤਾ, ਮੇਰੇ ਜਾਣ ਤੋਂ ਬਾਅਦ ਮੇਰੇ ਬੱਚੇ ਮੇਰਾ ਨਾਂ ਲੈ ਸਕਣ। ਇਸ ਕਰਕੇ ਇਹ ਗੱਲਾਂ ਬਹੁਤ ਜ਼ਰੂਰੀ ਹੈ। ਜਿਹੜਾ ਸ਼ਰਾਧ ਆ ਨਾ, ਚਾਹੇ ਉਹ ਕਿਸੇ ਵੀ ਧਰਮ ਨਾਲ ਲਿੰਕ ਆ, ਉਹਨੂੰ ਜ਼ਰੂਰ ਮੰਨਣਾ ਚਾਹੀਦਾ ਆ। ਕਈ ਲੋਕ ਕੀ ਕਰਦੇ ਆ, ਸ਼ਰਾਧ ਪਰਵ ਦੇ ਵਿੱਚ ਗਰੀਬਾਂ ਨੂੰ ਕੰਬਲ ਵੰਡਣ ਲੱਗੇ ਹੋਏ ਆ, ਇੰਨੀ ਗਰਮੀ, ਹੁਣ ਤੁਸੀਂ ਕੰਬਲ ਦਿਓਗੇ ਗਰੀਬ ਨੂੰ ਕੀ ਕਰੂਗਾ, ਤੁਹਾਡਾ 200 ਦਾ ਕੰਬਲ 50 ਰੁਪਏ 'ਚ ਵੇਚ ਕੇ ਆਏਗਾ, ਸ਼ਾਮ ਨੂੰ ਸ਼ਰਾਬ ਪੀਗਾ, ਤੁਹਾਡਾ ਕਿੱਥੇ ਦਾਨ ਦਿੱਤਾ ਹੋਇਆ ਕਿੱਥੇ ਗਿਆ। ਪਿੱਤਰ ਪਕਸ਼ ਦੇ ਵਿੱਚ ਜਿੰਨੇ ਹੋ ਸਕੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ। ਕਈਆਂ ਨੂੰ ਪਤਾ ਨਹੀਂ ਹੈ ਕਿ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਤਿਥੀਆਂ ਕੀ ਹੈ, ਕਿਉਂਕਿ ਉਹਨਾਂ ਤਿਥੀਆਂ ਜਦੋਂ ਉਹਨਾਂ ਦਾ ਜਦੋਂ ਡੈਥ ਡੇਟ ਹੈਗੀ ਉਹਦੇ ਨਾਲ ਹੀ ਤਿਥੀ ਕੱਢੀ ਜਾਂਦੀ ਹੈ ਕਿ ਕਿਹੜੇ ਸ਼ਰਾਧ ਤੁਹਾਡਾ ਕਿਹੜੀ ਤਿਥੀ ਨੂੰ ਪੈ ਰਿਹਾ। ਮਤਲਬ ਉਹ ਪਿੱਤਰਾਂ ਦੇ ਲਈ ਕੀਤਾ ਗਿਆ ਦਾਨ, ਉਹ ਇੱਦਾਂ ਖਾਦ ਬਣ ਕੇ ਤੁਹਾਨੂੰ ਲੱਗਦਾ ਆ, ਤੁਹਾਨੂੰ ਪਤਾ ਹੀ ਲੱਗਦਾ ਨੋਟ ਆਉਂਦੇ ਕਿੱਥੋਂ ਪਏ ਆ। ਪਲਾਸਟਿਕ ਦਾ ਬਰਤਨ, ਜਾਨ ਬ੍ਰੇਕ ਵਾਲਾ ਬਰਤਨ ਬਿਲਕੁਲ ਵੀ ਯੂਜ਼ ਨਹੀਂ ਕਰਨਾ। ਮੂਲੀ, ਖੀਰ ਔਰ ਪੱਕਾ ਭੋਜਨ ਦੇਣਾ ਚਾਹੀਦਾ, ਯਾਨੀ ਕਿ ਪੂਰੀ ਬਣਨੀ ਚਾਹੀਦੀ ਹੈ, ਸ਼ਾਦਾ ਚ ਰੋਟੀ ਜਿਹੜੀ ਲੋਕੀ ਕਈ ਵਾਰੀ ਫੁਲਕੇ ਬਣਾ ਲੈਂਦੇ ਆ। ਨਹੀਂ, ਤਿਉਹਾਰਾਂ ਦੀ ਲੜੀ ਦੀ ਸ਼ੁਰੂਆਤ ਹੁੰਦੀ ਹੈ ਸਤੰਬਰ ਮਹੀਨੇ ਤੋਂ, ਔਰ ਇਸੇ ਦੇ ਨਾਲ ਸ਼ੁਰੂਆਤ ਹੋ ਚੁੱਕੀ ਹੈ ਸ਼ਰਾਧਾਂ ਦੀ ਵੀ। ਸ਼ਰਾਧ ਸ਼ੁਰੂ ਹੋ ਚੁੱਕੇ ਨੇ, ਪਰ ਸ਼ਰਾਧਾਂ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਡਰ ਲੋਕ ਬਣਾ ਦਿੰਦੇ ਨੇ ਕਿ ਪਿਤਰ ਦੋਸ਼ ਹੈ, ਪਿਤਰਾਂ ਨੂੰ ਖੁਸ਼ ਕਰਨਾ ਚਾਹੀਦਾ, ਪਿਤਰ ਤੁਹਾਨੂੰ ਤੰਗ ਕਰਦੇ ਨੇ। ਇਹ ਸਾਰੀਆਂ ਗੱਲਾਂ ਦਾ, ਸਵਾਲਾਂ ਦਾ ਜਵਾਬ ਲੈ ਕੇ ਅੱਜ ਸਾਡੇ ਨਾਲ ਜੁੜੇ ਨੇ ਐਸਟ੍ਰੋਲੋਜਰ ਸੰਦੀਪ ਭਾਰਦਵਾਜ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਸੋ ਪਿਤਰ ਦੋਸ਼ ਜਾਂ ਪਿਤਰਾਂ ਤੋਂ ਸਾਨੂੰ ਡਰਨਾ ਚਾਹੀਦਾ, ਘਬਰਾਉਣਾ ਚਾਹੀਦਾ ਆ, ਉਹਨਾਂ ਦੀ ਸੇਵਾ ਜੇ ਅਸੀਂ ਨਹੀਂ ਕਰ ਪਾ ਰਹੇ ਤਾਂ ਕੱਲ੍ਹ ਨੂੰ ਸਾਨੂੰ ਔਖਾ ਹੋਊਗਾ, ਇੱਦਾਂ ਦੀ ਗੱਲਾਂ ਪਹਿਲੇ ਤਾਂ ਬਹੁਤ ਸਾਰੀਆਂ ਆਉਂਦੀਆਂ। ਪਰ ਕੀ ਇਹ ਕਹਿਣਾ ਮਤਲਬ ਸਹੀ ਹੈ ਕਿ ਪਿਤਰਾ ਦੋਸ਼ ਇਹ ਸਾਨੂੰ ਤੰਗ ਕਰ ਰਹੇ ਨੇ, ਇਹ ਚੀਜ਼ਾਂ ਕੀ ਰੈਲੇਵੈਂਟ ਨੇ ਅੱਜ ਦੇ ਟਾਈਮ ਦੇ ਵਿੱਚ? ਦੇਖੋ, ਬਿਲਕੁਲ ਸਹੀ ਹੈ, ਪਿਤਰ ਦੋਸ਼ ਹੁੰਦਾ ਆ ਔਰ ਪਿਤਰ ਦੋਸ਼ ਤੰਗ ਵੀ ਕਰਦਾ ਹੈ, ਲੇਕਿਨ ਉਹਦਾ ਹੱਲ ਵੀ ਹੈਗਾ। ਲੇਕਿਨ ਇੱਕ ਗੱਲ ਤੁਸੀਂ ਮੈਨੂੰ ਸਵਾਲ ਹੋਣੀ ਪੁੱਛਿਆ ਵੀ ਕੀ ਸਾਡੇ ਪਿੱਤਰ ਤੋਂ ਸਾਨੂੰ ਡਰਨਾ ਚਾਹੀਦਾ ਆ, ਉਹ ਸਾਨੂੰ ਡਰਾਉਂਦੇ ਆ ਜਾਂ ਸਾਨੂੰ ਕੋਈ ਨੁਕਸਾਨ ਕਰ ਸਕਦੇ ਆ? ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ, ਨਾ ਪਿੱਤਰ ਡਰਾਉਂਦੇ ਆ, ਨਾ ਪਿੱਤਰ ਕਦੀ ਆਪਣਾ ਕੋਈ ਕਿਸੇ ਦਾ ਨੁਕਸਾਨ ਕਰ ਸਕਦਾ ਆ। ਬੇਸਿਕਲੀ ਪਿੱਤਰ ਸਾਡੇ ਵੱਡੇ ਹੁੰਦੇ, ਹਾਂ ਸਾਡੇ ਬਜ਼ੁਰਗ ਆ, ਸਾਡੀ ਜੜ ਆ, ਅਸੀਂ ਉਹ ਜੜ ਦੇ ਵਿੱਚੋਂ ਨਿਕਲੇ ਹੋਏ ਪੱਤੇ ਆ, ਸ਼ਾਖਾਂ ਆ ਉਹਨਾਂ ਦੀਆਂ, ਸਾਨੂੰ ਕਿੱਦਾਂ ਨੁਕਸਾਨ ਪਹੁੰਚਾ ਸਕਦੇ ਆ? ਲੇਕਿਨ ਉਹ ਇੱਕ ਆਸ਼ਾ ਲੈ ਕੇ, ਜੋ ਪਿੱਤਰ ਪਕਸ਼ ਦਾ ਜਿਹੜਾ ਮੇਲਾ ਸ਼ੁਰੂ ਹੁੰਦਾ ਆ ਆਸ਼ਵਿਨ ਕ੍ਰਿਸ਼ਨ ਪਕਸ਼ ਤੋਂ ਅਮਾਵਸਿਆ ਤੱਕ, ਇਹ ਮੇਲਾ ਜਦੋਂ ਸ਼ੁਰੂ ਹੁੰਦਾ ਆ, ਸਾਡੇ ਪਿੱਤਰ ਸਾਡੇ ਤੋਂ ਉਮੀਦ ਲੈ ਕੇ ਆਉਂਦੇ ਆ ਉਸ ਸਵਰਗ ਤੋਂ ਇਸ ਧਰਤੀ ਦੇ ਉੱਤੇ, ਵੀ ਸਾਡੇ ਜਿਹੜੇ ਵੰਸ਼ਜ ਆ ਉਹ ਸਾਨੂੰ ਕੁਛ ਨਾ ਕੁਛ ਦਾਨ ਕਰਨਗੇ, ਕੋਈ ਜਲ ਦਾਨ ਕਰੂਗਾ, ਕੋਈ ਵਸਤਰ ਦਾਨ ਕਰੇਗਾ, ਕੋਈ ਭੋਜਨ ਦਾਨ ਕਰੇਗਾ। ਔਰ ਉਹ ਜੇ ਜਦੋਂ ਅਸੀਂ ਉਹ ਦਾਨ ਨਹੀਂ ਕਰਦੇ, ਉਹ ਠੀਕ 15 ਦਿਨ ਅਮਾਵਸਿਆ ਵਾਲੇ ਦਿਨ ਫਿਰ ਬਿਲਕੁਲ ਨਿਰਾਸ਼ ਹੋ ਕੇ ਜਦੋਂ ਵਾਪਿਸ ਜਾਂਦੇ ਆ ਉਦੋਂ ਤੁਹਾਨੂੰ ਸ਼ਰਾਪਿਤ ਕਰਦੇ ਆ। ਉਹ ਸ਼ਰਾਪ 'ਚ ਕੀ ਹੁੰਦਾ, ਤੁਹਾਡਾ ਵੰਸ਼ ਵਧਣਾ ਰੁਕ ਜਾਂਦਾ, ਤੁਹਾਡੇ ਘਰ 'ਚ ਕਲਾ ਕਲੇਸ਼ ਰਹਿਣ ਲੱਗ ਪੈਂਦਾ, ਤੁਹਾਡੇ ਘਰ ਵਿੱਚ ਧਨ ਨਹੀਂ ਰੁਕਦਾ, ਬਿਮਾਰੀ ਵੱਧ ਜਾਂਦੀ ਆ। ਮਤਲਬ ਇੱਦਾਂ ਦੀਆਂ ਗੱਲਾਂ ਤੋਂ ਡਰਨ ਦੀ ਲੋੜ ਆ। ਲੇਕਿਨ ਜੇ ਤੁਹਾਨੂੰ ਕੋਈ ਕਵੇ ਕੋਈ ਪਿੱਤਰ ਬਖਸ਼ਾ, ਉਹ ਪਿੱਤਰ ਦੇ ਵਿੱਚ ਪਿੱਤਰ ਭੂਤ ਬਣ ਕੇ ਡਰਾਊਗੇ ਜਾਂ ਕਦੇ, ਇਹ ਬਿਲਕੁਲ ਲੋਕਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਇਹ ਸਿਸਟਮ ਬਣਾਇਆ ਹੋਇਆ ਹੈ। ਇਸ ਕਰਕੇ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ, ਲੇਕਿਨ ਪਿੱਤਰ ਪਖਸ਼ ਨੂੰ ਮੰਨਣਾ ਜ਼ਰੂਰ ਚਾਹੀਦਾ ਆ। ਮੈਂ ਅੱਗੇ ਵੀ ਪਿਛਲੇ ਵੀ ਗੱਲ ਕੀਤੀ ਸੀ ਬਈ ਸ਼ਰਾਧ ਸ਼ਰਧਾ ਦਾ ਨਾਮ ਹੈ, ਕਿਉਂਕਿ ਜੇ ਤੁਹਾਡੀ ਸ਼ਰਧਾ ਤੁਹਾਡੇ ਬਜ਼ੁਰਗਾਂ ਦੇ ਪ੍ਰਤੀ ਤੁਹਾਡੀ ਸ਼ਰਧਾ ਆ, ਔਰ ਉਹ ਜ਼ਰੂਰੀ ਆ ਕਿ ਤੁਸੀਂ ਉਹਨਾਂ ਦੇ ਨਿਮਿੱਤ ਜਿੰਨਾ ਵੀ ਹੋ ਸਕੇ ਜਲ ਦਾਨ ਭੋਜਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਸੋ ਇਹ ਕਹਿਣਾ ਮੈਨੂੰ ਲੱਗਦਾ ਗਲਤ ਨਹੀਂ ਹੋਵੇਗਾ ਕਿ ਪਿੱਤਰ ਇਹ 15-16 ਦਿਨ ਜਿਹੜੇ ਹੁੰਦੇ ਨੇ ਉਸੇ ਵਿੱਚ ਆ ਕੇ ਦੇਖਦੇ ਨੇ ਕਿ ਸਾਡੇ ਜਿਹੜੇ ਅਗਲੀ ਪੀੜ੍ਹੀ ਹੈ ਸਾਨੂੰ ਯਾਦ ਕਰਦੀ ਪਈ ਹੈ। ਮੈਂ ਅਪੇਕਸ਼ਾ ਕਰਦਾ ਹਾਂ ਵੀ ਮੈਂ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਆਪਣਾ ਘਰ ਬਾਰ ਬਣਾਉਣ ਲਈ, ਆਪਣੇ ਬੱਚਿਆਂ ਨੂੰ ਸੈਟਲ ਕਰਨ ਲਈ,
ਉਹਨਾਂ ਨੂੰ ਪੂਰੀ ਤਰ੍ਹਾਂ ਸੈਟਲ ਕਰਤਾ, ਮਤਲਬ ਜੋ ਕੁਛ ਵੀ ਮੈਂ ਕਰ ਸਕਦਾ ਇਹ ਕੀਤਾ ਕਿ ਹੁਣ ਮੇਰੇ ਇੰਨਾ ਹੱਕ ਵੀ ਨਹੀਂ ਹੈਗਾ ਵੀ ਮੇਰੇ ਜਾਣ ਤੋਂ ਬਾਅਦ ਮੇਰੇ ਬੱਚੇ ਮੇਰਾ ਨਾਂ ਲੈ ਸਕਣ, ਮੇਰੇ ਨਿਮਿਤ ਕੁਛ ਦਾਨ, ਹਾਲਾਂਕਿ ਕਿਸੇ ਨੇ ਦੇਖਿਆ ਨਹੀਂ ਲੇਕਿਨ ਵਾਕਈ ਉਹ ਦੂਜੀ ਦੁਨੀਆ ਹੈ, ਇਹਦਾ ਪ੍ਰਮਾਣ ਤੁਸੀਂ ਦੂਸਰਾ ਜਨਮ ਨੂੰ ਮੰਨਦੇ ਹੋ ਨਾ। ਕਈ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਵੀ ਉਸ ਬੰਦੇ ਦਾ ਦੂਜਾ ਜਨਮ ਹੋਇਆ, ਉਹਨੂੰ ਪਹਿਲਾ ਜਨਮ ਸਾਰਾ ਆਪਣਾ ਯਾਦ ਸੀ, ਲਗਭਗ 5-7 ਸਾਲ ਦੀ ਉਮਰ ਤੱਕ। ਮੇਰੇ ਕੋਲ ਖੁਦ ਕਈ ਐਸੇ ਪਰਸਨ ਆ ਚੁੱਕੇ ਆ, ਹਾਂ ਮੇਰੇ ਕੋਲ ਕਈ ਇੱਦਾਂ ਦੇ ਪਰਸਨ ਆ ਚੁੱਕੇ ਆ। ਮੋਗੇ ਤੋਂ ਮੇਰੇ ਕੋਲ ਇੱਕ ਸਪੈਸ਼ਲ ਲੜਕੀ ਆਈ, ਉਹ 5 ਸਾਲ ਦੀ ਸੀ, ਹੁਣ ਤਾਂ ਚਲੋ ਉਹਦੀ ਉਮਰ ਲਗਭਗ 20 ਸਾਲ ਦੀ ਹੋ ਗਈ, ਭੁੱਲ ਗਈ ਹੁਣ ਸਭ ਕੁਝ, ਲੇਕਿਨ 5-6 ਸਾਲ ਦੀ ਉਮਰ ਤੱਕ ਉਹਦੇ ਮਾਪੇ ਪੇਰੈਂਟਸ ਮੇਰੇ ਕੋਲ ਲੈ ਕੇ ਆਏ ਉਸ ਬੱਚੀ ਨੂੰ। ਉਹਨੇ ਦੱਸਿਆ ਹੁਣ ਇਸ ਵੇਲੇ ਬੇਟੀ ਕੈਨੇਡਾ ਆ, ਮੈਨੂੰ ਹੁਣ ਵੀ ਮਿਲਦੀ ਆ, ਉਹ ਕਹਿੰਦੀ ਪਰ ਹੁਣ ਮੈਨੂੰ ਕੁਝ ਯਾਦ ਨਹੀਂ, ਲੇਕਿਨ ਉਹ 5-6 ਸਾਲ ਤੱਕ ਉਦਾਂ ਉਹ ਦਸਵੀਂ 'ਚ ਉਹਦਾ ਜਨਮ ਹੋਇਆ ਸੀ, ਲੇਕਿਨ ਜਦੋਂ ਮੇਰੇ ਕੋਲ ਆਏ ਤਾਂ ਉਹ ਕਹਿੰਦੀ ਮੇਰੇ ਮੋਕੇ ਮੇਰਾ ਘਰ ਆ, ਮੇਰਾ ਉੱਥੇ ਮੇਰੇ ਭਰਾ ਆ, ਮੇਰੇ ਮਾਤਾ ਆ, ਪਿਤਾ, ਉਹਨੂੰ ਸਾਰੇ ਉਹਨੂੰ ਨਾਲ ਲੈ ਕੇ ਗਿਆ, ਪਹਿਚਾਨੇ ਆ ਸਾਰਿਆਂ ਨੂੰ। ਅੱਛਾ, ਉਹਨੇ ਪਹਿਚਾਨ ਲਈ। ਯੈਸ, ਇਹ ਸੰਭਵ ਆ ਕਿਉਂਕਿ ਇਹ ਦੁਨੀਆ ਵਾਕਈ ਇਹ ਦੁਨੀਆ ਹੈ, ਔਰ ਇੱਦਾਂ ਦੇ ਹਜ਼ਾਰਾਂ ਹੀ ਲੱਖਾਂ ਹੀ ਐਗਜ਼ਾਮਪਲ ਆ ਜਿਵੇਂ ਦੂਸਰਾ ਜਨਮ ਹੁੰਦਾ ਆ। ਜੇ ਦੂਸਰਾ ਜਨਮ ਹੁੰਦਾ ਆ ਤਾਂ ਪਿੱਤਰ ਪਕਸ਼ ਵੀ ਹੈ। ਅਸੀਂ ਅਕਸਰ ਦੇਖਦੇ ਹਾਂ ਜਦੋਂ ਬੱਚਾ ਛੋਟਾ ਜਨਮ ਲੈਂਦਾ ਨਾ, ਉਹ ਸੋ ਰਿਹਾ ਹੁੰਦਾ, ਉਹ ਕਦੀ ਹੱਸਦਾ ਆ, ਕਦੀ ਰੋਂਦਾ ਆ। ਤਾਂ ਸਾਡੀ ਮੰਮੀ ਕਹਿੰਦੀ ਸੀ, ਉਹ ਕਹਿੰਦੀ ਵੀ ਵਿਧ ਮਾਤਾ ਤੈਨੂੰ ਕਹਿੰਦੀ ਆ ਤੇਰੀ ਮੰਮੀ ਮਰ ਗਈ, ਤਾਂ ਉਹ ਰੋਣ ਲੱਗ ਪੈਂਦਾ। ਜਦੋਂ ਕਹਿੰਦੇ ਨਹੀਂ ਜੀਦੀ ਆ, ਉਹ ਹੱਸਣ ਲੱਗ ਪਿਆ। ਲੇਕਿਨ ਅਸਲੀ ਗੱਲ ਹੁੰਦਾ ਇਹ ਹੁੰਦੀ ਸੀ ਵੀ ਉਹ ਵਿਧ ਮਾਤਾ ਨਹੀਂ, ਉਹਨੂੰ ਆਪਣੇ ਪਿਛਲੇ ਕੀਤੇ ਹੋਏ ਜਿਹੜੇ ਕਰਮ ਆ, ਜਦੋਂ ਕੋਈ ਅੱਛੇ ਕਰਮ ਕਰਦਾ ਸੀ ਉਹ ਮੁਸਕੁਰਾਉਂਦਾ ਆ, ਜਦੋਂ ਉਹਨੇ ਕੋਈ ਮਾੜੇ ਕਰਮ ਕੀਤੇ ਸੀ ਰੋਂਦਾ ਵੀ ਮੈਂ ਕਰਮ ਕਿਉਂ ਕੀਤੇ। ਉਦੋਂ ਉਹਨੂੰ ਸਮਝ ਹੁੰਦੀ ਆ ਵੀ ਮੈਂ ਕੁਛ ਕਰਦਾ ਪਿਆ ਆ। ਔਰ ਉਹ ਬੰਦਾ ਜੋ ਪਰਮਾਤਮਾ ਬੰਦੇ ਨੂੰ 9 ਮਹੀਨੇ ਜਦੋਂ ਗਰਭ ਦੇ ਵਿੱਚ ਬੱਚਾ ਹੁੰਦਾ ਉਹ ਉਲਟਾ ਹੁੰਦਾ ਮਾਤਾ ਦੇ ਪੇਟ ਦੇ ਵਿੱਚ, ਉਦੋਂ ਪਰਮਾਤਮਾ ਦੇ ਅੱਗੇ ਉਹ ਪ੍ਰਾਰਥਨਾ ਕਰਦਾ ਹੈ, ਪਰਮਾਤਮਾ ਮੈਨੂੰ ਤੂੰ ਆਜ਼ਾਦ ਕਰ ਦੇ, ਮੈਂ ਜਦੋਂ ਵੀ ਇਸ ਧਰਤੀ ਉੱਤੇ ਜਾਵਾਂਗਾ ਔਰ ਉੱਥੇ ਜਾ ਕੇ ਮੈਂ ਅੱਛੇ ਅੱਛੇ ਕੰਮ ਕਰਾਂਗਾ, ਤੇਰਾ ਨਾਮ ਲਵਾਂਗਾ, ਲੋਕਾਂ ਨੂੰ ਸਿੱਧੇ ਰਾਹ ਪਾਵਾਂਗਾ। ਲੇਕਿਨ ਜਿੱਦਾਂ ਹੀ ਉਹ ਜਨਮ ਲੈਂਦਾ ਆ ਤਾਂ ਸਭ ਤੋਂ ਪਹਿਲਾਂ ਬੱਚੇ ਦੀ ਆਵਾਜ਼ ਕੀ ਆਉਂਦੀ ਆ? ਰੋਣ ਦੀ। ਉਹ ਮੂੰਹ ਮਾਇਆ ਦੇ ਵਿੱਚ ਜਕੜੇ ਜਾਂਦਾ, ਉਹਨੂੰ ਥੋੜ੍ਹੀ ਦੇਰ ਉਹ ਯਾਦ ਰਹਿੰਦੀਆਂ ਚੀਜ਼ਾਂ, 6 ਮਹੀਨੇ, ਸਾਲ, 2 ਸਾਲ, ਜਿੱਦਾਂ ਜਿੱਦਾਂ ਵੱਧਦਾ ਉਹਨੂੰ ਮੋਹ ਮਾਇਆ ਲੱਗ ਹੀ ਰਹਿੰਦੀ ਆ, ਉਸ ਕੋਈ ਭੁੱਲ ਜਾਂਦਾ ਆ। ਇਸ ਕਰਕੇ ਇਹ ਗੱਲਾਂ ਬਹੁਤ ਜ਼ਰੂਰੀ ਆ, ਜਿਹੜਾ ਸ਼ਰਾਧ ਆ ਨਾ, ਚਾਹੇ ਉਹ ਕਿਸੇ ਵੀ ਧਰਮ ਨਾਲ ਲਿੰਕ ਆ, ਉਹਨੂੰ ਜ਼ਰੂਰ ਮੰਨਣਾ ਚਾਹੀਦਾ ਆ। ਕਿਸੇ ਬ੍ਰਾਹਮਣ ਨੂੰ ਭੋਜਨ ਜ਼ਰੂਰ ਦੇਣਾ ਚਾਹੀਦਾ ਆ, ਔਰ ਜਿੰਨੀ ਸਮਰੱਥਾ ਆ, ਜ਼ਰੂਰੀ ਨਹੀਂ ਵੀ ਤੁਸੀਂ 20 ਬ੍ਰਾਹਮਣਾਂ ਨੂੰ, 25 ਬ੍ਰਾਹਮਣਾਂ ਨੂੰ, ਜਕਿਨਿਆਂ ਨੂੰ ਸੱਦ ਕੇ ਆਪਣੇ ਘਰ ਭੋਜਨ ਕਰਾਓ, ਤੁਸੀਂ ਇੱਕ ਬ੍ਰਾਹਮਣ ਦੀ ਥਾਲੀ ਨਿਕਾਲ ਕੇ ਵੀ ਤੁਸੀਂ ਦਾਨ ਕਰ ਸਕਦੇ ਹੋ। ਬ੍ਰਾਹਮਣ ਨੂੰ ਘਰ ਨਹੀਂ ਸੱਦ ਸਕਦੇ, ਮੰਦਿਰ ਦੇ ਵਿੱਚ ਜਾ ਕੇ ਦਾਨ ਕਰਿਓ, ਲੇਕਿਨ ਦਾਨ ਦੇਣਾ ਜ਼ਰੂਰ ਚਾਹੀਦਾ ਹੈ। ਸੋ ਇਹ ਤਾਂ ਤੁਸੀਂ ਗੱਲ ਕੀਤੀ ਕਿ ਬ੍ਰਾਹਮਣ ਨੂੰ ਖਿਲਾਉਣਾ ਚਾਹੀਦਾ। ਕਈ ਲੋਕ ਇਹ ਵੀ ਕਹਿ ਦਿੰਦੇ ਕਿ ਅਸੀਂ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਵਿੱਚ ਰੋਟੀ ਪਾਣੀ ਅਸੀਂ ਡਿਸਟ੍ਰੀਬਿਊਟ ਕਰ ਦਿੰਦੇ ਹਾਂ, ਖਾਣਾ ਖਿਲਾ ਦਿੰਦੇ ਹਾਂ, ਉਹਨਾਂ ਨੂੰ ਕੁਛ ਦੇ ਦਿੰਦੇ ਹਾਂ ਜਾਂ ਪੈਸੇ ਦੇ ਦਿੰਦੇ ਹਾਂ, ਸੋ ਇਹਦਾ ਕੋਈ ਫਰਕ ਪੈਂਦਾ ਹੈ ਇਹਨਾਂ, ਮਤਲਬ ਬਾਕੀ ਦਿਨਾਂ 'ਚ ਤਾਂ ਅਸੀਂ ਕਰਦੇ ਹੀ ਹਾਂ, ਨੀਡੀ ਦੀ ਹੈਲਪ ਕਰਨਾ ਇਹ ਤਾਂ ਗੱਲ ਕਹੀ ਜਾਂਦੀ ਹੈ ਕਿ ਕਿਸੇ ਦੀ ਲੋੜਵੰਦ ਦੀ ਮਦਦ ਕਰਨੀ ਚਾਹੀਦੀ, ਬਟ ਇਸ ਵੇਲੇ ਬ੍ਰਾਹਮਣਾਂ ਨੂੰ ਖਾਸ ਤੌਰ 'ਤੇ ਇਹਨਾਂ ਦਿਨਾਂ 'ਚ ਰੋਟੀ ਦੇਣੀ ਚਾਹੀਦੀ। ਬ੍ਰਾਹਮਣ ਨੂੰ ਹੀ ਰੋਟੀ ਦੇਣੀ ਚਾਹੀਦੀ ਆ, ਮੈਂ ਗਰੀਬ ਨੂੰ ਰੋਟੀ ਦੇਣ ਦਾ ਮੁਖਾਲਫਤ ਨਹੀਂ ਕਰਦਾ, ਬਿਲਕੁਲ ਦੇਣੀ ਚਾਹੀਦੀ ਆ। ਹੁਣ ਇੱਕ ਬ੍ਰਾਹਮਣ ਆ, ਉਹਦੇ ਘਰ ਦੇ ਵਿੱਚ, ਪਿੰਡ ਦੇ ਵਿੱਚ 40-50 ਪਰਿਵਾਰ ਹੈਗੇ, ਉਹਦੇ ਜਜਮਾਨ ਆ, ਉਹ 50 ਦੇ 50 ਬੰਦੇ ਰੋਟੀ ਲੈ ਕੇ ਮੱਸਿਆ ਦਿਨ ਉਹਦੇ ਘਰ ਜਾ ਰਹੇ ਆ। ਹੁਣ ਬ੍ਰਾਹਮਣ 50 ਵਾਲੀ ਕੀ ਕਰੂਗਾ ਰੋਟੀ ਦੀਆਂ? ਜਾਂ ਤਾਂ ਪਸ਼ੂਆਂ ਨੂੰ ਪਾਏਗਾ ਜਾਂ ਕੋਟੇ ਪੰਛੀਆਂ ਨੂੰ ਪਾਏਗਾ। ਉਹ ਇੱਕ ਖਾਣਾ ਲੈ ਕੇ ਆਪਣੇ ਲਈ ਜਿਹੜਾ ਖਾਣਾ ਰੱਖ ਕੇ ਬਾਕੀ ਉਹਨੂੰ ਗਰੀਬਾਂ ਦੇ ਵਿੱਚ ਵੰਡ ਦੇਣਾ ਚਾਹੀਦਾ ਆ। ਲੇਕਿਨ ਜੇ ਤੁਸੀਂ ਕਹੋ ਵੀ ਮੈਂ ਡਾਇਰੈਕਟਲੀ ਤੁਸੀਂ ਉਹਦੇ ਵਿੱਚ ਭਰੋ, ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਲਾਈਫ ਇੰਸ਼ੋਰੈਂਸ ਪਾਲਿਸੀ ਕਰਾਉਂਦੇ ਹੋ, ਤੁਸੀਂ ਕੰਪਨੀ ਦੇ ਕੋਲ ਸਿੱਧੇ ਜਾ ਕੇ ਰੁਪਈਏ ਜਮ੍ਹਾਂ ਕਰਾ ਸਕਦੇ ਆ? ਨਹੀਂ ਕਰਾ ਸਕਦੇ ਨਾ, ਉਹਨਾਂ ਨੇ ਏਜੰਟ ਦੇ ਰੱਖਿਆ ਆ, ਉਹ ਏਜੰਟ ਦਾ ਗਾਂ ਮੈਨੇਜਰ ਆ, ਉਹ ਮੈਨੇਜਰ ਦਾ ਗਾਂ ਬ੍ਰਾਂਚ ਮੈਨੇਜਰ ਆ, ਉਹਦਾ ਗਾਂ ਫਿਰ ਸਟੇਟ ਦਾ ਮੈਨੇਜਰ ਆ, ਮਤਲਬ ਟਰਨ ਬਾਈ ਟਰਨ ਸਿਸਟਮ ਦੇ ਨਾਲ ਚੀਜ਼ ਚੱਲਦੀ ਆ। ਇੱਦਾਂ ਹੀ ਬ੍ਰਾਹਮਣ ਨੂੰ ਭੋਜਨ ਕਰਾਓ, ਬ੍ਰਾਹਮਣ ਨੂੰ ਭੋਜਨ, ਉਹਦੀ ਗਾਂ ਇੱਕ ਥਾਲੀ ਬ੍ਰਾਹਮਣ ਨੂੰ ਦੇ ਕੇ ਤੇ ਤੁਸੀਂ 1000 ਬੰਦੇ ਨੂੰ ਭੋਜਨ ਦੀ ਰੋਟੀ ਖਿਲਾ ਦੇ। ਔਰ ਸ਼ਰਾਧ ਦੇ ਪਰਵ ਦੇ ਵਿੱਚ ਗਊ ਲਈ, ਕਊਏ ਲਈ ਔਰ ਕੁੱਤੇ ਲਈ ਰੋਟੀ ਜ਼ਰੂਰ ਕੱਢਣੀ ਚਾਹੀਦੀ, ਇਹ ਬਹੁਤ ਜ਼ਰੂਰੀ ਆ। ਪਹਿਲਾਂ ਬ੍ਰਾਹਮਣ ਭੋਜਨ ਮਤਲਬ ਜਦੋਂ ਕਰਾਉਣਾ ਪਿਆ, ਸਭ ਤੋਂ ਪਹਿਲਾਂ ਗਊ ਗ੍ਰਾਸ ਕੱਢੀ ਜਾ, ਫਿਰ ਇਹ ਦੋ ਕੱਢ ਕੇ ਫਿਰ ਬ੍ਰਾਹਮਣ ਨੂੰ ਥਾਲੀ ਵਿੱਚ ਭੋਜਨ ਦੇ ਕੇ ਉਹਨਾਂ ਦਾ ਮਾਨ ਸਨਮਾਨ ਦੇ ਨਾਲ
ਉਹਨਾਂ ਦੇ ਚਰਨ ਪ੍ਰਗਟ ਥੋੜ੍ਹੀ ਦਕਸ਼ਨਾ ਜ਼ਰੂਰ ਦਿਓ ਨਾਲ, ਉਸ ਤੋਂ ਬਾਅਦ ਤੁਸੀਂ ਚਾਹੇ ਲੰਗਰ ਲਾ ਦਿਓ ਜਿੰਨਾ ਮਰਜ਼ੀ ਵੱਟੋ, ਉਹ ਤੁਹਾਨੂੰ ਕਰਦਾ ਗਰੀਬਾਂ ਨੂੰ। ਅੱਜ ਕੱਲ੍ਹ ਤੁਸੀਂ ਹੁਣ ਕਈ ਲੋਕ ਕੀ ਕਰਦੇ ਆ, ਸ਼ਰਾਬ ਪੜਦੇ ਗਰੀਬਾਂ ਨੂੰ ਕੰਬਲ ਵੰਡਣ ਲੱਗੇ ਹੋਏ ਆ, ਇੰਨੀ ਗਰਮੀ, ਹੁਣ ਤੁਸੀਂ ਕੰਬਲ ਦਓਗੇ ਗਰੀਬ ਨੂੰ ਕੀ ਕਰੂਗਾ ਉਹ, ਤੁਹਾਡਾ 200 ਦਾ ਕੰਬਲ 50 ਰੁਪਏ 'ਚ ਵੇਚ ਕੇ ਆਏਗਾ, ਸ਼ਾਮ ਨੂੰ ਸ਼ਰਾਬ ਪੀਗਾ, ਤੁਹਾਡਾ ਕਿੱਥੇ ਦਾਨ ਦਿੱਤਾ ਹੋਇਆ ਕਿੱਥੇ ਗਿਆ। ਬਹੁਤ ਸਾਰੇ ਲੋਕ ਕਹਿੰਦੇ ਆ ਜੀ ਸਾਨੂੰ ਦਾਨ ਦੇ ਕੇ, ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹ ਜਿਹੜਾ ਦਾਨ ਆ ਉਹ ਕੀ ਕਰਦਾ ਬੰਦਾ। ਲੱਗੀ ਸੀ ਕਿ ਅਸੀਂ ਬ੍ਰਾਹਮਣਾਂ ਨੂੰ ਦੇ ਦਿੰਦੇ ਹਾਂ ਕਈ ਵਾਰ ਰੋਟੀ, ਔਰ ਬਾਅਦ ਚ ਸੋਚਦੇ ਅਸੀਂ ਦੇਖੀਏ ਕਿ ਉਹ ਕਿੱਥੇ ਦੇ ਰਹੇ ਨੇ, ਉਹ ਵੀ ਅੱਗੇ ਵੰਡਦੇ ਪਏ ਆ, ਕੁਛ ਏਦਾਂ ਤਾਂ ਨਹੀਂ ਕਿ ਗਲਤ ਦੁਰਉਪਯੋਗ ਹੋ ਰਿਹਾ ਉਹਦਾ, ਕਿ ਸਾਡੀ ਜਿਹੜੀ ਆਸਥਾ ਜੁੜੀ ਹੈ ਉਸ ਚੀਜ਼ ਨਾਲ ਉੱਥੇ ਸਹੀ ਜਗ੍ਹਾ ਤੇ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ, ਸਾਨੂੰ ਉਹ ਦੇਖਣਾ ਚਾਹੀਦਾ ਜਾਂ ਬਸ ਦੇਖ ਕੇ ਦਾਨ ਕਰਕੇ ਆ ਜਾਣਾ ਚਾਹੀਦਾ। ਫੋਰ ਐਗਜ਼ਾਮਪਲ ਤੁਸੀਂ ਮੰਦਿਰ ਜਾਂਦੇ ਹੋ ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ, ਮੰਦਿਰ ਜਾਂਦੇ ਹੋ ਮਾਤਾ ਰਾਣੀ ਨੂੰ ਚੁੰਨੀ ਅਰਪਿਤ ਕਰਦੇ ਹੋ, ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਇਕੱਲੇ ਹੀ ਉਹ ਚੁੰਨੀ ਚੜਾਉਣ ਵਾਲੇ ਮਾਤਾ ਰਾਣੀ, ਬਹੁਤ ਸਾਰੀਆਂ ਹੁੰਦੀਆਂ, ਪਿੱਛੇ ਲਾਈਨ ਲੱਗੀਆਂ, ਹੁਣ ਗੁਰਦੁਆਰਾ ਸਾਹਿਬ ਗਏ ਉੱਥੇ ਤੁਸੀਂ ਰਮਾਲਾ ਸਾਹਿਬ ਮਹਾਰਾਜ ਨੂੰ ਭੇਟ ਕੀਤਾ, ਤੁਸੀਂ ਇਕੱਲੇ ਹੀ ਹੋ, ਉਹਦੇ ਪਿੱਛੇ 50 ਬੰਦੇ ਖੜੇ ਜਿਨ੍ਹਾਂ ਕੋਲ, ਤੁਸੀਂ ਹੋ ਸਕਦਾ ਤੁਸੀਂ 2000 ਵਾਲਾ ਲੈ ਕੇ ਗਾਓ, ਜਿਹੜਾ ਤੁਹਾਡੇ ਪਿੱਛੇ ਖੜਾ ਉਹ ਕੋਲ 50,000 ਵਾਲਾ ਹੋਵੇ, ਉਹਦੇ ਪਿੱਛੇ ਹੋਵੇ ਕੋਈ 1,00,000 ਵਾਲਾ ਹੋਵੇ, ਹੁਣ ਏਦਾਂ ਦਾ ਛੱਤ ਨੂੰ ਲੱਗ ਜੂ ਫਿਰ ਰਮਾਲਾ ਸਾਹਿਬ ਚੁੰਨੀਆਂ ਜਿਹੜੀਆਂ ਉਹ ਪੂਰਾ ਮੰਦਿਰ ਭਰ ਜੂਗਾ, ਉਹ ਕੀ ਹੁੰਦਾ ਆ, ਤੁਸੀਂ ਆਪਣੀ ਸ਼ਰਧਾ ਦਿਖਾਤੀ, ਤੁਸੀਂ ਉਹਨਾਂ ਨੂੰ ਭੇਟ ਕਰ ਦਿੱਤੀ, ਹੁਣ ਉਹ ਕੀ ਹੁੰਦਾ ਆ, ਇਹ ਤੁਹਾਡਾ ਵਿਸ਼ੇ ਨਹੀਂ ਹੈਗਾ, ਤੁਸੀਂ ਆਪਣਾ ਦਾਨ ਦਿੱਤਾ, ਹੁਣ ਆਫਟਰ ਉਹ ਚੀਜ਼ ਜਿਹੜੀ ਚੜੀ ਹੋਈ ਆ ਉਹ ਕਿਸੇ ਨਾ ਕਿਸੇ ਦੇ ਕੰਮ ਤਾਂ ਆਏਗੀ, ਕਿਸੇ ਨਾ ਕਿਸੇ ਨੂੰ ਤਾਂ ਦੇਣਗੇ, ਕਿਸੇ ਨਾ ਕਿਸੇ ਦਾ ਕੰਮ ਆਊਗੀ, ਕੁਛ ਉਹਦਾ ਉਪਯੋਗ ਕਰੂਗੇ, ਉਹ ਪ੍ਰਯੋਗ ਕਰਦੇ ਆ ਦੁਰਪਯੋਗ ਕਰਦੇ ਆ ਇਹ ਉਹਨਾਂ ਦੀ, ਉਹਨਾਂ ਨੂੰ ਪਤਾ ਉਹਦਾ ਰਿਜ਼ਲਟ ਉਹਨਾਂ ਨੂੰ ਹੋ ਜਾਣਾ। ਸਾਡੀ ਸ਼ਰਧਾ ਸਿਰਫ ਇਹ ਆ ਵੀ ਅਸੀਂ ਉੱਥੇ ਤੱਕ ਪਹੁੰਚਾਤੀ, ਅਸੀਂ ਕਹਿੰਦੇ ਗਰੀਬ ਬ੍ਰਾਹਮਣ ਨੂੰ ਗਊ ਦਾ ਦਾਨ ਕਰੋ, ਹੁਣ ਤੁਸੀਂ ਹੋ ਸਕਦਾ ਹੈ ਮੈਨੂੰ ਪੁੱਗਦਾ ਪਏ ਪਿੰਡ ਵਿੱਚ ਮੈਨੂੰ ਗਊ ਦਾਨ ਦੇ ਦਿੱਤੀ ਕਿਸੇ ਬ੍ਰਾਹਮਣ ਨੇ, ਮੈਂ ਬ੍ਰਾਹਮਣ ਮੈਨੂੰ ਗਊ ਦਾਨ ਦੇ ਗਿਆ, ਇੱਕ ਬੰਦੇ ਦੇ ਕਿਸੇ ਉਹਦੇ ਮਨ 'ਚ ਆਇਆ ਯਾਰ ਮੈਂ ਪੰਡਿਤ ਜੀ ਨੂੰ ਮੈਂ ਵੀ ਗਊ ਦਾਨ ਕਰਨੀ ਆ, ਮੇਰੇ ਕੋਲ ਜਗ੍ਹਾ ਇੱਕ ਗਊ ਰੱਖਣ ਦੀ ਆ, ਹੁਣ ਮੈਂ ਦੂਜੀ ਗਊ ਕੀ ਕਰੂੰਗਾ, ਵੇਚੂੰਗਾ ਹੀ, ਨੈਚੁਰਲ ਗੱਲ ਨਾ, ਲੇਕਿਨ ਹੁਣ ਬੇਰੇ ਗਊ ਵੇਚਣ ਦੇ ਨਾਲ ਇਹ ਨਹੀਂ ਹੈਗਾ ਜਿਹਨੇ ਮੈਨੂੰ ਦਾਨ ਦਿੱਤਾ ਸੀ ਉਹ ਵੀ ਪਾਪ ਦਾ ਭਾਗੀ ਬਣ ਗਿਆ, ਨਹੀਂ ਹੁਣ ਮੈਂ ਮੇਰੀ ਮੇਰਾ ਫਰਜ਼ ਇਹ ਬਣਦਾ ਵੀ ਜਿਹੜੀ ਗਊ ਮੈਂ ਮੰਨ ਲਓ ਇੱਕ ਗਊ ਵੇਚ ਦਿੱਤੀ, ਮੈਂ ਨਵੀਂ ਰੱਖ ਲਈ ਜਿਹੜੀ ਪੁਰਾਣੀ ਸੀ ਮੈਂ ਵੇਚ ਦਿੱਤੀ, ਜਿਹੜੇ ਉਹਦੇ ਪੈਸੇ ਆ ਮੈਂ ਉਸ ਗਊ ਮਾਤਾ ਦੀ ਸੇਵਾ ਦੇ ਵਿੱਚ ਲਗਾ ਦੂੰ, ਉਹਨਾਂ ਨੂੰ ਪਰਸਨਲ ਨਾ ਖਰਚਾ। ਰਿਵਾਜ ਜੀ ਕੀ ਆ ਨਾ ਕਿ ਬ੍ਰਾਹਮਣਾਂ ਨੂੰ ਹੀ ਦੇਣੀ ਚਾਹੀਦੀ, ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਕਿੱਥੇ ਅੱਗੇ ਚੀਜ਼ ਜਾਣੀ ਚਾਹੀਦੀ, ਕਿੱਥੇ ਪਹੁੰਚਣੀ ਚਾਹੀਦੀ, ਕਿੱਥੇ ਤੱਕ ਰੱਬ ਦਾ ਨਾਮ ਲੈ ਕੇ ਉਹ ਸਹੀ ਥਾਂ ਤੇ ਪਹੁੰਚ ਜਾਵੇ, ਉਹ ਵੀ ਉਹਨਾਂ ਦਾ ਇੱਕ ਰਿਸਪੋਂਸਿਬਿਲਿਟੀ ਹੁੰਦੀ, ਜ਼ਿੰਮੇਵਾਰੀ ਹੁੰਦੀ। ਸੋ ਹੁਣ ਇੱਕ ਹੋਰ ਗੱਲ ਕਰਦੇ ਹਾਂ, ਇੱਕ ਹੋਰ ਚੀਜ਼ ਹੈ ਕਿ ਕਿਹਾ ਜਾਂਦਾ ਕਿ ਜਦੋਂ ਪਿਤਰ ਪਕਸ਼ ਦਾ ਇਹ ਸਮਾਂ ਹੁੰਦਾ ਹੈ, ਪਿਤਰ ਆਉਂਦੇ ਨੇ ਉਸ ਲੋਕ ਤੋਂ ਇਸ ਲੋਕ ਦੇ ਵਿੱਚ ਆਉਂਦੇ ਨੇ, ਤਾਂ ਕੁਛ ਨਾ ਕੁਛ ਸੰਕੇਤ ਵੀ ਦਿੰਦੇ ਨੇ। ਕਈ ਲੋਕ ਕਹਿੰਦੇ ਨੇ ਸਾਡੇ ਸੁਪਨਿਆਂ 'ਚ ਆ ਰਹੇ ਆ, ਸਾਨੂੰ ਉਹਨਾਂ ਦੀ ਕੋਈ ਚੀਜ਼ ਨਜ਼ਰ ਆ ਗਈ ਆ, ਉਹਨਾਂ ਦਾ ਕੋਈ ਸੁਪਨਾ ਆ ਗਿਆ, ਜਾਂ ਰਾਤੀ ਅਸੀਂ ਉੱਠ ਕੇ ਉਹਨਾਂ ਦੇ ਬਾਰੇ ਸੋਚਣ ਲੱਗ ਪਏ, ਤੇ ਇਸ ਤੋਂ ਕਈ ਲੋਕ ਭੈਭੀਤ ਵੀ ਹੋ ਜਾਂਦੇ, ਡਰ ਵੀ ਜਾਂਦੇ ਨੇ, ਲੋੜ ਹੈਗੀ ਹੈ ਜਾਂ ਇੱਦਾਂ ਅਸਲ ਦੇ ਵਿੱਚ ਕੁਛ ਕਨੈਕਟ ਕਰਦਾ ਉਸ ਚੀਜ਼ ਨਾਲ ਵੀ? ਬਿਲਕੁਲ, ਇਹ ਸ਼ਤ ਪ੍ਰਤੀਸ਼ਤ ਸਹੀ ਗੱਲ ਆ, ਉਹ ਨੋਕ ਕਰਦੇ ਆ, ਸੰਕੇਤ ਦਿੰਦੇ ਆ ਤੁਹਾਨੂੰ ਤੁਹਾਡੇ ਸੁਪਨੇ ਦੇ ਵਿੱਚ ਆ ਗਏ ਵੀ ਅਸੀਂ ਆ ਰਹੇ ਹਾਂ, ਔਰ ਕਈ ਵਾਰੀ ਤੁਹਾਡੇ ਕੋਲ ਕਿਸੇ ਚੀਜ਼ ਦੀ ਡਿਮਾਂਡ ਕਰਦੇ ਆ ਵੀ ਮੈਨੂੰ ਕੋਈ ਕੱਪੜਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਬਜ਼ੁਰਗ ਉਹ ਨਾ ਉਹਨੂੰ ਭੁੱਖ ਲੱਗੀ ਹੋਈ ਆ, ਉਹ ਤੜਫ ਰਿਹਾ ਆ, ਜਾਂ ਉਹ ਤੁਹਾਨੂੰ ਲੱਗਦਾ ਵੀ ਉਹ ਸੁਪਨੇ ਵਿੱਚ ਬਿਮਾਰ ਬਹੁਤ ਆ, ਉਹ ਵਾਕਈ ਉਹਦੀ ਸਥਿਤੀ ਉੱਥੇ ਉਦਾਂ ਦੀ ਆ, ਉਹਦੇ ਉਸ ਲੋਕ ਵਿੱਚ ਉਹਨੂੰ ਉਹ ਚੀਜ਼ ਦੀ ਜ਼ਰੂਰਤ ਆ, ਹੁਣ ਅਸੀਂ ਉਸ ਮਰੇ ਹੋਏ ਬੰਦੇ ਨੂੰ ਜਿਹੜੀ ਉਹ ਆਤਮਾ ਤਾਂ ਜਿਹੜੀ ਆ, ਆਤਮਾ ਤਾਂ ਕਦੀ ਮਰਦੀ ਨਹੀਂ, ਨਾ ਆਤਮਾ ਕਦੀ ਬਿਮਾਰ ਹੁੰਦੀ ਆ, ਲੇਕਿਨ ਉਹ ਇੱਕ ਸੰਕੇਤ ਮਿਲਿਆ, ਉਹ ਸੰਕੇਤ ਕਿਉਂ ਮਿਲਿਆ, ਇਹਦਾ ਮਤਲਬ ਇਹ ਆ ਤੁਹਾਡੇ ਦੁਆਰਾ ਕਿਸੇ ਦੀ ਹੈਲਪ ਕੀਤੀ ਜਾਵੇ, ਤੁਹਾਡੇ ਹੱਥੋਂ ਕੋਈ ਅੱਛਾ ਕੰਮ ਹੋਵੇ ਜਿਹੜਾ ਉਹ ਆਪਣੇ ਜੀਵਨ 'ਚ ਨਹੀਂ ਕਰ ਸਕਿਆ, ਅਧੂਰੀ ਇੱਛਾ ਸੀ, ਉਹ ਚਾਹੁੰਦਾ ਸੀ ਵੀ ਮੈਂ ਯਾਰ ਗਰੀਬਾਂ ਦੀ ਸੇਵਾ ਕਰਾਂ, ਲੇਕਿਨ ਉਹ ਟਾਈਮ ਤੋਂ ਪਹਿਲਾਂ ਚਲਾ ਗਿਆ, ਉਹਨੂੰ ਮੌਕਾ ਹੀ ਨਹੀਂ ਮਿਲਿਆ, ਜਾਂ ਉਸ ਵੇਲੇ ਕੋਈ ਪੈਸੇ ਨਹੀਂ ਸੀ, ਉਹਨੇ ਦੇਖਿਆ ਵੀ ਜਿਹੜਾ ਮੇਰਾ ਵੰਸ਼ ਹੈ ਚਾਹੇ ਤਾਂ ਕਰੋੜਪਤੀ ਆ, ਲੇਕਿਨ ਦਾਨ 1 ਰੁਪਏ ਦਾ ਨਹੀਂ ਕਰਦਾ ਪਿਆ, ਉਹਨੂੰ ਸੰਕੇਤ ਦਿੰਦੇ ਆ ਵੀ ਭਾਈ ਭਲਿਆ ਮਾਨਸਾ ਮੇਰੇ ਕੋਲ ਤਾਂ ਹੈ ਨਹੀਂ ਸੀ, ਮੈਂ ਤੱਤਾ ਦਾਨ ਨਹੀਂ ਕੀਤਾ, ਤੇਰੇ ਕੋਲ ਤਾਂ ਸਭ ਕੁਛ ਆ, ਤੂੰ ਕਿਉਂ ਨਹੀਂ ਦਾਨ ਕਰ ਰਿਹਾ, ਇਸ ਕਰਕੇ ਇਹ ਬਹੁਤ ਜ਼ਰੂਰੀ ਆ, ਜਦੋਂ ਇੱਦਾਂ ਦਾ ਸੰਕੇਤ ਦੇਣ, ਕੋਈ ਕਿਸੇ ਗਰੀਬ ਨੂੰ ਭੋਜਨ ਦੇ ਦਿਓ, ਕਿਸੇ ਗਰੀਬ ਨੂੰ ਦਵਾਈ ਲੈ ਦਿਓ, ਕੋਈ ਕੰਨਿਆਂ ਦੀ ਛਾਤੀ ਦੇ ਵਿੱਚ ਮਦਦ ਕਰ ਦਿਓ, ਔਰ ਖਾਸ ਕਰਕੇ ਇੱਕ ਹੋਰ ਗੱਲ ਦੱਸਾਂ ਪਿੱਤਰ ਪਕਸ਼ ਦੇ ਵਿੱਚ,
ਪਿੱਤਰ ਪੱਖ ਦੇ ਵਿੱਚ ਜਿੰਨੇ ਹੋ ਸਕੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ। ਅੱਛਾ ਯੈਸ ਨਵੀਂ ਜੀ ਸਰ ਸੌਦਾ ਲੈਣੀ ਹੋਏ ਤਾਂ ਜੇ ਪੌਦੇ ਲਾ ਸਕਦੇ ਪੌਦੇ ਕਿਹੜੇ ਲਗਾਉਣੇ ਚਾਹੀਦੇ ਆ? ਨਿੰਮ ਦਾ, ਪਿੱਪਲ ਦਾ, ਬੜ ਦਾ, ਗੁੱਲੜ ਦਾ, ਪਿਲਕਣ ਦਾ, ਆਂਬਲਾ ਦਾ, ਜਾਮੁਨ ਦਾ, ਅੰਬ ਦਾ। ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ, ਪੂਰੀ ਜ਼ਿੰਦਗੀ ਦੇ ਵਿੱਚ 100 ਬੂਟਾ ਲਾ ਦੇਵੇ, ਪੂਰੀ ਜ਼ਿੰਦਗੀ ਚ, ਦੇਖੋ ਜ਼ਿੰਦਗੀ ਕਿੰਨੀ ਆ, 70 ਸਾਲ ਦੇ ਨਿਊ ਰੋਡ, 60 ਸਾਲ ਤਾਂ ਚਲੋ ਸ਼ੋਰ ਹੈਗੀ ਆ ਨਾ, 60 ਸਾਲ ਦੇ ਵਿੱਚ 365 ਇੱਕ ਸਾਲ ਦੇ ਵਿੱਚ ਇੱਕ ਦੇਣਾ ਤਾਂ 60 ਸਾਲਾਂ ਦੇ ਵਿੱਚ ਦੇ ਲਓ ਕਿੰਨੇ ਹੋ ਗਏ। ਆਪਾਂ ਸਿਰਫ 100 ਬੂਟਾ ਲਾਉਣ ਨੂੰ ਗਿਆ ਔਰ 100 ਬੂਟੇ ਨੂੰ ਚਲਾਉਣਾ ਆ। ਮੈਂ ਰਿਕਾਰਡ, ਮੇਰੀ ਆਨਲਾਈਨ ਰਿਕਾਰਡ ਕਰਕੇ ਗੱਲ ਰੱਖ ਲਈ ਉਹ, ਪਰਮਾਤਮਾ ਨੇ ਚਾਹਿਆ ਪਤਾ ਨਹੀਂ ਕਦ ਤੱਕ ਬੀਡੀਸੀ ਦੇ ਉੱਤੇ ਚੱਲਣਾ ਪਊਗਾ ਮੈਂ, ਔਰ ਇਹ ਰਿਕਾਰਡ ਦੇ ਵਿੱਚ ਹੈ ਗੱਲ ਜਿਹੜੀ ਮੈਂ ਗੱਲ ਕਹਿਣ ਲੱਗਾ। ਅਗਰ ਕਿਸੇ ਬੰਦੇ ਨੇ 100 ਦਰਖਤ ਚਲਾ ਤਾ, ਉਹਦੇ ਪੇੜ, ਉਸ ਪੇੜ ਦੇ ਉੱਤੇ ਜਿੰਨੇ ਪੱਤੇ ਲੱਗੇ ਆ, ਉਸ ਪੱਤਿਆਂ ਨੂੰ 100 ਤੇ ਗੁਣਾ ਕਰ ਦਿਓ, ਉਹਨੂੰ ਤਾਂ ਵੀ ਤੁਸੀਂ ਗਿਣਤੀ ਨਹੀਂ ਕਰ ਸਕਦੇ, ਕਿਸੇ ਪੇੜ ਦੇ ਪੱਤੇ ਗਿਣ ਕੇ ਉਹਨੂੰ 100 ਤੇ ਗੁਣਾ ਨਹੀਂ ਕਰ ਸਕਦੇ, ਤੁਹਾਨੂੰ ਪਤਾ ਨਹੀਂ ਲੱਗਣਾ। ਠੀਕ ਆ, ਓਨੇ ਪੈਸੇ, ਓਨਾ ਮਾਨ ਸਨਮਾਨ, ਕੀਰਤੀ, ਜਸ਼, ਵੈਭਵ, ਉਹਦਾ ਵੰਸ਼ ਏਦਾਂ ਫੈਲੇਗਾ। ਪਰਿਆਵਰਨ ਦੇ ਨਾਲ, ਪਰਿਆਵਰਨ ਨੂੰ ਪਿਆਰ ਕਰਨਾ ਬੜਾ ਜ਼ਰੂਰੀ ਆ ਪਰਿਆਵਰਨ ਦੇ ਲਈ, ਔਰ ਪੇੜੇ ਪੌਦੇ ਲਗਾਉਣੇ ਤਾਂ ਖਾਸ ਕਰਕੇ ਸ਼ਰਾਵਣ ਪਰਵਾਂ ਦੇ ਵਿੱਚ, ਜਿੱਦਾਂ ਹੁਣ ਮੌਸਮ ਬਹੁਤ ਵਧੀਆ ਆ, ਸਿੱਲ ਵਾਲਾ ਮੌਸਮ ਆ, ਇਹ ਸੰਕੇਤ ਆ ਸ਼ਰਾਵਣ ਮਾਸ ਦੇ ਵਿੱਚ ਵੀ। ਤੁਸੀਂ ਆਪਣਾ ਇੱਕ ਮਨ ਬਣਾਓ ਵੀ ਮੈਂ ਆਪਣੇ ਜਨਮ ਦੇ ਉੱਤੇ 2-4-5 ਪੌਦੇ ਲਗਾਉਣੇ, ਔਰ ਪੌਦੇ ਪਤਾ ਕਿੱਥੇ ਲਾਓ, ਜਿੱਥੇ ਉਹ ਪੌਦੇ ਵਰਣ। ਅੱਜ ਇੱਥੇ ਦਰਖਤ ਬਣ ਗਿਆ, ਕੱਲ੍ਹ ਨੂੰ ਪਤਾ ਲੱਗੇ ਜੀ ਅਸੀਂ ਤਾਂ ਬਰਾਂਡਾ ਬਣਾਉਣਾ, ਦਰਖਤ ਵੱਢ ਦਿਓ, ਨਾ ਗੱਡੀ ਲੈ ਕੇ ਜਾਂਦੇ ਹਾਂ। ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੁੰਦਾ ਜਦੋਂ ਆਪਾਂ ਗੱਡੀ ਕਿਤੇ ਪਾਰਕਿੰਗ ਕਰਨੀ ਹੁੰਦੀ ਹੈ, ਸਾਡੀ ਕੀ ਕੋਸ਼ਿਸ਼ ਹੁੰਦੀ ਆ ਵੀ ਛਾਂ ਜਗ੍ਹਾ ਲੱਭੋ, ਗੱਡੀ ਗਰਮ ਨਾ ਹੋਵੇ ਤੇ ਪੇੜ ਲਾਉਣੇ ਕਿਹੜੇ ਆ, ਲਾਉਣੇ ਕਿਹੜੇ। ਪੰਜਾਬ ਗਵਰਨਮੈਂਟ ਨੂੰ ਖਾਸ ਕਰਕੇ ਵੀ ਪੇੜ, ਤੁਸੀਂ ਦਿੱਲੀ ਵਿੱਚ ਜਾ ਕੇ ਦੇਖੋ ਕਿੰਨੀਆਂ ਬਾਰਿਸ਼ਾਂ ਹੋ ਰਹੀਆਂ, ਸਾਡੇ ਪੰਜਾਬ 'ਚ ਬਾਰਿਸ਼ ਨਹੀਂ ਹੋ ਰਹੀ, ਇਹ ਕਹੀ ਜਾਂਦੇ ਪਾਣੀ 300 ਫੁੱਟ ਤੱਕ ਚੱਲ ਗਿਆ, ਕਿਉਂ ਗਿਆ ਹੈ? 5 ਦਰਿਆਵਾਂ ਦੀ ਧਰਤੀ ਹੋਵੇ, ਹੈਨਾ, 6ਵਾਂ ਦਰਿਆ ਦਾ ਇੱਥੇ ਜਿਹੜਾ ਵਹਿੰਦਾ ਸਾਰਿਆਂ ਨੂੰ ਪਤਾ ਆ ਵੀ 6ਵਾਂ ਦਰਿਆ ਕਿਹੜਾ ਆ, 5 ਦਰਿਆਵਾਂ ਦੀ ਧਰਤੀ ਹੋਵੇ, ਪਾਣੀ ਇੱਥੇ ਬੂੰਦਣਾ ਹੋਵੇ। ਸ਼ਰਾਧ ਦੀ ਗੱਲ ਕਰਦੇ ਹਾਂ ਕਿ ਸ਼ਰਾਧ, ਹੁਣ ਕਈਆਂ ਨੂੰ ਨਾ ਇੱਕ ਹੋਰ ਚੀਜ਼ ਹੈਗੀ ਆ, ਕਈਆਂ ਨੂੰ ਪਤਾ ਨਹੀਂ ਹੈ ਕਿ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਤਿਥੀਆਂ ਕੀ ਆ, ਕਿਉਂਕਿ ਉਹਨਾਂ ਤਿਥੀਆਂ ਜਦੋਂ ਉਹਨਾਂ ਦਾ ਜਦੋਂ ਡੈਥ ਡੇਟ ਹੈਗੀ ਉਹਦੇ ਨਾਲ ਹੀ ਤਿਥੀ ਕੱਢੀ ਜਾਂਦੀ ਹੈ ਕਿ ਕਿਹੜੇ ਸ਼ਰਾਧ ਤੁਹਾਡਾ ਕਿਹੜੀ ਤਿਥੀ ਨੂੰ ਪੈ ਰਿਹਾ, ਪਰ ਕਈਆਂ ਨੂੰ ਨਹੀਂ ਪਤਾ ਲੱਗਦਾ, ਕਈਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਉਹਨਾਂ ਲਈ ਕੋਈ ਇੱਕ ਹੋਰ ਡੇਟ ਵੀ ਹੈਗੀ ਹੈ ਜਿਸ ਦਿਨ ਉਹ ਸਾਰਿਆਂ ਦਾ ਕਰ ਸਕਣ, ਇਕੱਠੇ ਕਰ ਸਕਣ, ਪਹਿਲੇ ਨਹੀਂ ਸੀ ਕਰਦੇ ਪਰ ਹੁਣ ਕਰ ਸਕਣ। ਬਹੁਤ ਵਧੀਆ ਪ੍ਰਸ਼ਨ ਪੁੱਛਿਆ ਤੁਸੀਂ ਕੀਤੀ ਜੀ। ਜਿਹਨਾਂ ਬੰਦਿਆਂ ਨੂੰ ਤਾਂ ਇਹ ਗੱਲ ਦਾ ਪਤਾ ਵੀ ਸਾਡੇ ਬਜ਼ੁਰਗ ਕਿਹੜੀ ਡੇਟ ਨੂੰ ਗਏ ਸੀ, ਉਹ ਤਾਂ ਆਪਣੇ ਲਾਗੇ ਪੰਡਿਤ ਜੀ ਨੂੰ ਜਾ ਕੇ ਪੁੱਛ ਸਕਦੇ। ਤੁਹਾਡੇ ਕਿਸੇ ਘਰ ਦੇ ਵਿੱਚੋਂ ਕੋਈ ਬਜ਼ੁਰਗ ਜਾਂ ਕੋਈ ਜੰਗ ਜਿਹੜੀ ਡੈਥ ਹੋਈ ਆ, ਫਿਸ਼ ਖਾਣ ਦੇ ਨਾਲ, ਸਰਪ ਲੜਨ ਨਾਲ, ਐਕਸੀਡੈਂਟ ਦੇ ਵਿੱਚ, ਜਿਹਨੂੰ ਅਕਾਲ ਮ੍ਰਿਤਿਊ ਕਹਿ ਦਿੰਦੇ ਵੀ ਸਮੇਂ ਤੋਂ ਪਹਿਲਾਂ ਮ੍ਰਿਤਿਊ ਆ ਗਈ ਆ, ਉਹਦਾ ਚਤੁਰਦਸ਼ੀ ਦਾ ਯਾਨੀ ਕਿ ਮੱਸਿਆ ਤੋਂ ਇੱਕ ਦਿਨ ਪਹਿਲਾਂ ਦਾ ਸ਼ਰਾਧ ਕਰਨਾ ਚਾਹੀਦਾ, ਉਹ ਸ਼ਰਾਧ ਬਣਦਾ ਆ 2 ਤਰੀਕ ਦਾ, 2 ਅਕਤੂਬਰ, ਕਿਉਂਕਿ ਚਤੁਰਦਸ਼ੀ ਔਰ ਅਮਾਵਸਿਆ ਦਾ ਸ਼ਰਾਧ ਇਸ ਵਾਰ ਇਕੱਠਾ ਆ। ਠੀਕ ਹੈ, ਔਰ ਵੈਸੇ ਤੁਹਾਨੂੰ ਅਗਰ ਕੁਛ ਨਾ ਪਤਾ ਹੋਵੇ ਤਾਂ ਅਮਾਵਸਿਆ ਵਾਲੇ ਦਿਨ ਜਿੱਦਣ ਲਾਸਟ ਸ਼ਰਾਧ ਹੁੰਦਾ, ਉਹ ਦਿਨ ਆਪਣੇ ਆਪਣੀ ਸਮਰੱਥਾ ਅਨੁਸਾਰ 2 ਥਾਲੀਆਂ, 4 ਥਾਲੀਆਂ, 5 ਥਾਲੀਆਂ ਉਹ ਕੱਢ ਕੇ ਉਹ ਦਾਨ ਤੁਸੀਂ ਬ੍ਰਾਹਮਣ ਘਰ ਪਰਿਵਾਰ ਦੇ ਵਿੱਚ ਜਾ ਕੇ ਜ਼ਰੂਰ ਦੇਖੇ ਹੋਣੇ ਚਾਹੀਦੀਆਂ ਆ। ਔਰ ਇੱਕ ਗੱਲ ਹੋਰ ਦੱਸਾਂ, ਇੱਥੇ ਕਈ ਘਰਾਂ ਦੇ ਵਿੱਚ ਕੀ ਹੁੰਦਾ ਆ, ਲੜਕੇ ਨਹੀਂ ਹੈਗੇ, ਲੜਕੀਆਂ ਆ, ਹੁਣ ਉਹ ਕਹਿੰਦੇ ਵੀ ਸਾਡਾ ਸ਼ਰਾਧ ਕੌਣ ਕਰੇਗਾ, ਨਾਨਾ ਨਾਨੀ ਦਾ, ਅਗਰ ਉਹਨਾਂ ਦਾ ਦੋਤਾ ਆਪਣੇ ਨਾਨਾ ਨਾਨੀ ਦਾ ਸ਼ਰਾਧ ਕਰੇਗਾ, 100 ਬ੍ਰਾਹਮਣ ਨੂੰ ਭੋਜਨ ਕਰਾਉਣ ਦੇ ਬਰਾਬਰ, ਇੱਕ ਕਿਸੇ ਵੀ ਨੂੰ ਅਗਰ ਦੋਤਾ ਦਾਨ ਕਰ ਦੇਵੇ, ਇੱਕ ਬ੍ਰਾਹਮਣ ਨੂੰ 100 ਬ੍ਰਾਹਮਣ ਨੂੰ ਭੋਜਨ ਕੀਤਾ ਹੋਇਆ ਫਲ ਉਹਨੂੰ ਮਿਲਣਾ, ਔਰ ਉਹਦਾ ਵੰਸ਼, ਉਹਦੀ ਕੀਰਤੀ, ਉਹਦਾ ਧਨ ਵੈਭਵ ਇੱਦਾਂ ਵਧੇਗਾ ਵੀ ਤੁਸੀਂ ਜਿੱਦਾਂ ਨਾ ਕੋਈ ਬਹੁਤ ਵਧੀਆ ਫੀਡ ਹੋਵੇ ਖਾਦ, ਅਗਰ ਆਪਾਂ ਗਮਲੇ 'ਚ ਪਾ ਦਈਏ ਤਾਂ ਫਲਾਵਰ ਬਹੁਤ ਜ਼ਿਆਦਾ ਫੁੱਲਾਉਣ ਲੱਗ ਪੈਂਦੇ ਆ ਬੂਟਿਆਂ ਨੂੰ, ਮਤਲਬ ਉਹ ਪਿੱਤਰਾਂ ਦੇ ਲਈ ਕੀਤਾ ਗਿਆ ਦਾਨ, ਉਹ ਇੱਦਾਂ ਖਾਦ ਬਣ ਕੇ ਤੁਹਾਨੂੰ ਲੱਗਦਾ ਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਨੋਟ ਆਉਂਦੇ ਕਿੱਥੋਂ ਪਏ ਆ।
ਇੱਕ ਹੋਰ ਚੀਜ਼ ਮੈਂ ਦੇਖਿਆ ਆ, ਇੱਕ ਹੋਰ ਚੀਜ਼ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੂੰਗੀ ਕਿ ਕਈ ਵਾਰ ਦੇਖਿਆ ਨਾ ਲੋਕ ਪੈਕਟ ਦੇ ਵਿੱਚ ਫੂਡ ਜਿਹੜਾ ਰੈਡੀਮੇਡ ਫੂਡ ਹੁੰਦਾ ਕਈ ਵਾਰ ਉਹ ਜਾਂ ਪੈਕ ਕਰਕੇ ਫੂਡ ਭੇਜ ਦਿੰਦੇ ਨੇ ਬ੍ਰਾਹਮਣਾਂ ਦੇ ਕੋਲ, ਅਤੇ ਉਹ ਕਦੀ ਪਲਾਸਟਿਕ ਦੇ ਵਿੱਚ ਹੁੰਦੇ ਜਾਂ ਪੈਕਡ ਪਲਾਸਟਿਕ ਦੇ ਟਿਫਿਨਸ ਹੁੰਦੇ ਨੇ। ਇਜ਼ ਇਟ ਓਕੇ ਕਿ ਜੇ ਅਸੀਂ ਉੱਦਾਂ ਹੀ ਕਰ ਰਹੇ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਿੰਨਾ ਮੈਨੂੰ ਅਸੀਂ ਵੱਡਿਆਂ ਨੂੰ ਮੇਰੇ ਆਪਣੇ ਦਾਦਾ ਦਾਦੀ ਨੂੰ ਦੇਖਿਆ, ਉਹ ਘਰ ਬੁਲਾਉਂਦੇ ਹੁੰਦੇ ਸੀ ਬ੍ਰਾਹਮਣਾਂ ਨੂੰ ਰੋਟੀ ਆਪ ਖਵਾਉਂਦੇ ਹੁੰਦੇ ਸੀ ਬਣਾ ਕੇ, ਸਵੇਰ ਦੇ ਲੱਗੇ ਹੁੰਦੇ ਸੀ ਪੂਰਾ ਦਿਨ ਲਾ ਕੇ ਪੂਰੀਆਂ ਤਾਲੀਆਂ ਚੋਲੇ ਬਣਨੇ ਸਭ ਕੁਛ ਹੋਣਾ ਅਤੇ ਉਹਨਾਂ ਨੂੰ ਰੋਟੀ ਆਪ ਖਵਾਉਣੀ ਖੀਰ ਖਵਾਉਣੀ ਬੇਸਿਕਲੀ, ਉਹ ਸਭ ਤੋਂ ਵੱਡਾ ਮੰਨਿਆ ਜਾਂਦਾ। ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਬਿਲਕੁਲ ਗਲਤ ਹੈ ਪਲਾਸਟਿਕ ਦੇ ਬਰਤਨਾਂ ਦੇ ਵਿੱਚ ਭੋਜਨ ਕਰਵਾਉਣਾ ਔਰ ਭੋਜਨ ਦੇਣਾ। ਔਰ ਇੱਥੇ ਇੱਕ ਹੋਰ ਗੱਲ ਦੱਸ ਦਵਾਂ, ਨਾਲ ਇਹ ਗੱਲ ਨੂੰ ਮੈਂ ਪੂਰੀ ਕਰਾਂਗਾ। ਸ਼ਰਾਧ ਦਾ ਲੋਕੀ ਕੀ ਕਰਦੇ ਆ, ਵੀ ਸ਼ਰਾਧਾਂ ਦਾ ਜਿਹੜਾ ਭੋਜਨ ਜਦੋਂ ਦਾਨ ਕਰਦੇ ਆ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਦਾਨ ਫਟਾਫਟ ਕਰ ਦਈਏ, ਉਸ ਤੋਂ ਬਾਅਦ ਅਸੀਂ ਆਪਣੇ ਪਰਿਵਾਰ ਨੂੰ ਬ੍ਰੇਕਫਾਸਟ ਲਾ ਕੇ ਕੰਮ ਦੇ ਵਿੱਚ। ਹਾਂ, ਮੈਂ ਉਹ ਇਹ ਕਹਿੰਦਾ ਪੈਕਟ ਬਣਾ ਦਿੰਦੇ ਆ, ਫਟਾਫਟ ਅਸੀਂ ਦੇ ਆਉਂਦੇ ਆ, ਫਲਾਂ ਦਾ ਬਣਾਉਣ ਦੇ ਘਰ ਵੀ ਨਹੀਂ ਬਣਾਉਣਾ, ਫੱਟਾ ਬਣਾ ਕੇ ਫਟਾਫਟ ਮੰਦਿਰ 'ਚ ਦੇ ਆਉਂਦੇ। ਉਹ ਮਤਲਬ ਸ਼ਰਾਧ ਕਰਨ ਦਾ ਟਾਈਮ ਦੁਪਹਿਰੇ 12 ਵਜੇ ਤੋਂ ਬਾਅਦ। ਅੱਛਾ, ਸਵੇਰੇ ਹੈ ਹੀ ਨਹੀਂ? ਨਹੀਂ, ਸਵੇਰੇ ਦਿੱਤਾ ਗਿਆ ਭੋਜਨ ਤੁਹਾਡੇ ਪਿੱਤਰਾਂ ਨੂੰ ਨਹੀਂ ਪਹੁੰਚੇਗਾ, ਨਾ ਲੱਗੇਗਾ। ਸ਼ਰਾਧ ਦਾ ਭੋਜਨ 12 ਵਜੇ ਤੋਂ ਬਾਅਦ ਹੀ ਦੇਣਾ ਹੈ, ਇਹ ਗੱਲ ਯਾਦ ਰੱਖਿਓ, ਤਾਂ ਤੁਹਾਡਾ ਦਾਨ ਕੀਤਾ ਲੱਗਣਾ, ਨਹੀਂ ਤਾਂ ਨਹੀਂ ਲੱਗਣਾ। ਔਰ ਪਲਾਸਟਿਕ ਦੇ ਬਰਤਨ ਵਿੱਚ, ਕਹਿਹੇ ਦੇ ਬਰਤਨਾਂ ਵਿੱਚ, ਤਾਂਬੇ ਦੇ ਬਰਤਨਾਂ ਦੇ ਵਿੱਚ ਬਿਲਕੁਲ ਵੀ ਭੋਜਨ ਨਹੀਂ ਦੇਣਾ। ਅੱਬਲ ਤਾਂ ਅਗਰ ਤੁਹਾਡੀ ਸਮਰੱਥਾ ਨਹੀਂ ਆ, ਅੱਜ ਕੱਲ੍ਹ ਤਾਂ ਹੁਣ ਲੋਕ ਪਲਾਸਟਿਕ ਛੱਡੀ ਜਾ ਰਹੇ, ਹੁਣ ਤਾਂ ਮੇਰੇ ਘਰ ਦੇ ਵਿੱਚ ਤੁਸੀਂ ਜਾ ਕੇ ਦੇਖੋ, ਮੈਂ ਪਿੱਤਲ ਦੇ ਬਰਤਨ ਬਣਾਏ ਹੋਏ ਆ। ਪਿੱਤਲ ਦੇ ਬਰਤਨ ਦੇ ਵਿੱਚ ਅਸੀਂ ਕਲੀ ਕਰਾਈ ਦੀ, ਅੱਗੇ ਕੀ ਹੁੰਦਾ ਸੀ, ਹੁਣ ਡਾਕਟਰ ਤੁਹਾਨੂੰ ਤੁਸੀਂ ਟੈਸਟ ਕਰਾਉਣ ਜਾਂਦੇ ਹੋ, ਕਹਿੰਦੇ ਤੁਹਾਡੇ 'ਚ ਆਇਰਨ ਦੀ ਕਮੀ ਆ ਜਾਂ ਤੁਹਾਡੇ 'ਚ ਆਹ ਚੀਜ਼ ਦੀ ਕਮੀ ਆ, ਕਿਉਂ ਕਮੀ ਆ ਰਹੀ ਆ? ਕਿਉਂਕਿ ਅਸੀਂ ਤਾਂ ਅਨਬ੍ਰੇਕੇਬਲ ਚੀਜ਼ਾਂ ਉਹਨਾਂ 'ਚ ਰੋਟੀ ਖਾ ਰਹੇ ਹਾਂ। ਔਰ ਜੇ ਬ੍ਰਾਹਮਣ ਕਿਸੇ ਸਾਦੇ ਉਹਨੂੰ ਮੋਦੇ ਮੋਰੇ, ਮੈਂ ਕਿਸੇ ਦੇ ਘਰ ਵੈਸੇ ਹੀ ਚਲਾ ਗਿਆ, ਉੱਥੇ ਉਦੋਂ ਸ਼ਰਧਾ ਦੇ ਪਰ ਸੀ, 4-5 ਸਾਲ ਪਹਿਲਾਂ ਦੀ ਗੱਲ ਆ। ਟੇਬਲ ਦੇ ਉੱਤੇ ਥਾਲੀਆਂ ਲੱਗੀਆਂ ਹੋਈਆਂ, 5 ਬ੍ਰਾਹਮਣ ਆਏ ਟੇਬਲ ਦੇ ਕੁਰਸੀਆਂ ਦੇ ਬਿਠਾ ਤੇ, ਉਹ ਕਹਿੰਦੇ ਜੀ ਆਹ ਫੂਡ ਪਿਆ ਆ, ਸਾਨੂੰ ਆਵਾਜ਼ ਦੇ ਦਈਏ ਜੇ ਕੋਈ ਤੁਹਾਨੂੰ ਚਾਹੀਦਾ, ਬਾਹਰੋਂ ਆਏ ਹੋਏ ਸੀ ਬੰਦੇ, ਤਾਂ ਅਸੀਂ ਭੋਜਨ ਕਰਾਉਣਾ ਤੁਹਾਨੂੰ। ਮੈਂ ਉਹਨੂੰ ਕਿਹਾ ਵੀ ਜੇ ਤੁਸੀਂ ਕਰਨ ਹੀ ਲੱਗੇ ਹੋਏ ਹੋ ਕੰਮ, ਅਰੇ ਸ਼ਰਧਾ ਨਾਲ ਤਾਂ ਕਰੋ। ਉਹ ਕਹਿੰਦੇ ਸ਼ਰਧਾ ਕੀ ਹੁੰਦੀ ਹੈ? ਉਹਨਾਂ ਦੱਸਿਆ ਵੀ ਨੀਚੇ ਪਹਿਲਾਂ ਚਾਦਰ ਵਿਛਾਓ, ਇਹਨਾਂ ਦੇ ਪੈਰ ਧੋਵੋ, ਇਹਨਾਂ ਨੂੰ ਬਿਠਾਓ, ਇਹਨਾਂ ਨੂੰ, ਅਗਰ ਤੁਹਾਡੇ ਕੋਲ ਪਿੱਤਲ ਦੇ ਬਰਤਨ ਜਾਂ ਸਟੀਲ ਦੇ ਬਰਤਨ ਤਾਂ ਹੈਗੇ ਹੀ ਆ ਨਾ, ਸਟੀਲ ਦੇ ਬਰਤਨ ਲੈ ਲਓ, ਪਲਾਸਟਿਕ ਦਾ ਬਰਤਨ ਜਾਂ ਅਨਬ੍ਰੇਕੇਬਲ ਬਰਤਨ ਬਿਲਕੁਲ ਵੀ ਯੂਜ਼ ਨਹੀਂ ਕਰਨਾ। ਉਹਦੇ ਵਿੱਚ ਕਰਕੇ ਉਹਨਾਂ ਦੇ ਵਿੱਚ ਭੋਜਨ ਆਪਣੇ ਹੱਥਾਂ ਨਾਲ ਉਹਨਾਂ ਨੂੰ ਭੋਜਨ ਕਰਾਓ। ਔਰ ਭੋਜਨ ਦੇ ਵਿੱਚ ਖੀਰ ਜ਼ਰੂਰ ਹੋਣੀ ਚਾਹੀਦੀ ਆ, ਕਈ ਲੋਕ ਹਲਵਾ ਵੀ ਕਰ ਸਕਦੇ, ਹਲਵਾ ਹੋਣਾ ਚਾਹੀਦਾ ਆ, ਮੂਲੀ ਦਾ ਸੈਲਡ ਜ਼ਰੂਰ ਹੋਣਾ ਚਾਹੀਦਾ ਆ, ਇਹ ਬਜ਼ੁਰਗਾਂ ਲਈ ਬੜਾ ਮੰਨਿਆ ਜਾਂਦਾ। ਔਰ ਮੂਲੀ ਦੇਖੋ, ਇੱਕ ਇੱਥੇ ਇੱਕ ਸਾਇੰਟਿਫਿਕ ਕਾਰਨ ਵੀ ਹੈ ਮੂਲੀ ਦਾ, ਤੁਹਾਨੂੰ ਪਤਾ ਮੂਲੀ ਪੇਟ ਖਾਣ ਲਈ, ਪੇਟ ਲਈ ਕਿੰਨੀ ਵਧੀਆ ਹੈ, ਪਾਚਕ ਸ਼ਕਤੀ ਉਹਦੀ ਬਹੁਤ ਅੱਛੀ ਹੁੰਦੀ ਹੈ, ਇਸ ਕਰਕੇ ਮੂਲੀ ਦਾ। ਦੇਖੋ ਸਾਡੇ ਬਜ਼ੁਰਗ ਕਿੰਨੇ ਸਿਆਣੇ ਸੀ, ਸਿਆਣੇ ਸੀਗੇ। ਔਰ ਅਸੀਂ ਜਦੋਂ ਹੁਣ ਕਈ ਵਾਰੀ ਆਪਣੇ ਉਪਾਇਆਂ ਦੇ ਵਿੱਚ ਕਿਸੇ ਨੂੰ ਦੱਸਦੇ ਹਾਂ, ਯਾਰ ਪਿੱਪਲ ਦਾ ਪੇੜ ਲਗਾ, ਪਿੱਪਲ ਦਾ ਪੇੜ ਲਗਾਉਣੀ ਸੀ, ਕਿਉਂ ਕਹਿੰਦੇ ਆ? ਪਿੱਪਲ ਇੱਕ ਏਦਾਂ ਦਾ ਪੇੜ ਹੈ ਜਿਹੜਾ 24 ਘੰਟੇ ਆਕਸੀਜਨ ਛੱਡਦਾ। ਅਸੀਂ ਲੋਕਾਂ ਦੇ ਵਿੱਚ, ਸਾਡੇ ਬਜ਼ੁਰਗਾਂ ਨੇ ਇੱਕ ਡਰ ਵਹਿਮ ਪਾਤਾ ਵੀ ਪਿੱਪਲ ਦੇ ਉੱਤੇ 3 ਦੇਵਾਂ ਦਾ ਵਾਸ ਆ, ਪਿੱਪਲ ਬ੍ਰਾਹਮਣ ਆ, ਇਹਨੂੰ ਕੱਟੀ ਹੋਣਾ। ਉਹਨੂੰ ਅਸਲੀ ਕਾਰਨ ਇਹ ਸੀ ਵੀ ਆਕਸੀਜਨ ਛੱਡੇ, ਸਾਡੀ ਹਾਂ ਸਾਡਾ ਮਾਹੌਲ ਠੀਕ ਰਹੇ, ਸਾਡਾ ਸਵਸਥ ਬਿਲਕੁਲ ਠੀਕ ਰਹੇ, ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਡਰਾ ਕੇ ਰੱਖਿਆ, ਉਹਨਾਂ ਨੂੰ ਇਸ ਵਹਿਮ ਚ ਪਾਤਾ, ਕਿਉਂਕਿ ਵਹਿਮ ਨੂੰ ਲੋਕੀ ਜ਼ਿਆਦਾ ਮੰਨਦੇ ਆ ਨਾ। ਤੁਸੀਂ ਅੱਜ ਦੀ ਡੇਟ ਦੇ ਵਿੱਚ ਕੁਛ ਨਹੀਂ ਕਰਨਾ ਨਾ, ਤੁਹਾਨੂੰ ਕੋਈ ਬੰਦਾ ਉਹਦੇ ਤੰਗ ਕਰਦਾ, ਤੁਸੀਂ ਕਿਸੇ ਘਰ ਦੇ ਮੋਰੇ ਉਦੇ ਕੋਈ ਚੀਜ਼ ਬਣ ਕੇ ਸਿੱਟ ਦਿਓ, ਉਹ ਬੰਦਾ ਵਹਿਮ ਚ ਪੈ ਜਾਊਗਾ ਮਿੰਟ ਦੇ ਵਿੱਚ, ਉਦਾਂ ਨਹੀਂ ਵਹਿਮ ਚ ਪਊਗਾ, ਏਦਾਂ ਵਹਿਮ ਚ ਪੈ ਜਾਊਗਾ। ਇਸ ਕਰਕੇ ਕੁਛ ਚੀਜ਼ਾਂ ਜਿਹੜੀਆਂ ਸੈਂਟੀਫਿਕ ਆ, ਔਰ ਉਹ ਸੈਂਟੀਫਿਕ ਦੇ ਦਾਤੇ ਸਾਡੇ ਬਜ਼ੁਰਗਾਂ ਨੇ, ਰਿਸ਼ੀਆਂ ਮੁਨੀਆਂ ਨੇ ਉਹਨਾਂ ਚੀਜ਼ਾਂ ਨੂੰ ਸੈਂਟੀਫਿਕ ਤਰ੍ਹਾਂ ਕਰਕੇ ਉਹਨੂੰ, ਲੇਕਿਨ ਧਾਰਮਿਕ ਭਾਵਨਾ ਦੇ ਵਿੱਚ ਲਿਆ ਕੇ ਉਹਨੂੰ ਇੱਦਾਂ ਪਰੋਤਾ ਸਾਡੇ ਦਿਮਾਗ 'ਚ ਪਾਤਾ ਵੀ ਅਸੀਂ ਉਸ ਚੀਜ਼ ਤੋਂ ਡਰੀਏ, ਉਸ ਚੀਜ਼ ਦੀ ਪਾਲਣਾ ਕਰੀਏ, ਤਾਂ ਕਿ ਉਹ ਸਾਡੇ ਲਈ ਫਾਇਦੇਮੰਦ ਸਾਬਿਤ ਹੋਵੇ। ਮੂਲੀ ਔਰ ਖੀਰ ਤਾਂ ਜ਼ਰੂਰੀ ਹੈ। ਹਾਂ, ਮੂਲੀ ਖੀਰ ਔਰ ਪੱਕਾ ਭੋਜਨ ਦੇਣਾ ਚਾਹੀਦਾ, ਯਾਨੀ ਕਿ ਪੂਰੀ ਬਣਨੀ ਚਾਹੀਦੀ ਹੈ। ਸ਼ਾਦਾਂ 'ਚ ਰੋਟੀ ਜਿਹੜੀ ਲੋਕ ਕਈ ਵਾਰੀ ਫੁਲਕੇ ਬਣਾ ਲੈਂਦੇ ਆ, ਨਹੀਂ, ਪੂਰੀ ਦਾ ਹੀ ਹੋਣਾ ਚਾਹੀਦਾ ਆ, ਸਾਬਤ ਅਨਾਜ ਦਾ, ਮਾਂਹ ਦੀ ਦਾਲ ਬਣਾ ਲਓ, ਤੁਸੀਂ ਉਹ ਕਰ ਸਕਦੇ ਹੋ।
ਕਈ ਲੋਕੀ ਵੈਸੇ ਕਾਬਲੀ ਚਨੇ ਵੀ ਬਣਾਉਂਦੇ ਆ, ਵੈਸੇ ਮੇਰੇ ਹਿਸਾਬ ਨਾਲ ਕਾਬਲੀ ਚਨੇ ਨਹੀਂ ਹੋਣੇ ਚਾਹੀਦੇ, ਕਾਬਲੀ ਚਨੇ ਨਹੀਂ ਹੋਣੇ ਚਾਹੀਦੇ, ਕੱਦੂ ਹੋ ਸਕਦਾ ਆ, ਹੋਰ ਕਈ ਸਬਜ਼ੀਆਂ ਬਥੇਰੀਆਂ ਆ। ਤੁਹਾਡੇ ਬਜ਼ੁਰਗ ਨੂੰ ਮਟਰ ਪਨੀਰ ਪਸੰਦ ਆ, ਬਣਾਓ ਮਟਰ ਪਨੀਰ ਬਣਾ ਕੇ ਖਿਲਾਓ। ਇਹ ਵੀ ਕਿਹਾ ਜਾਂਦਾ ਕਿ ਉਹ ਚੀਜ਼ ਬਣਾਉਣੀ ਚਾਹੀਦੀ ਜਿਹੜੀ ਸਾਡੇ ਬਜ਼ੁਰਗਾਂ ਨੂੰ ਪਸੰਦ ਸੀ, ਉਹਨਾਂ ਦੇ ਨਾਮ ਤੇ ਦਿੱਤੀ ਸੀ, ਉਹਨਾਂ ਨੂੰ ਉਹ ਖਿਲਾਓ ਕਿਉਂਕਿ ਉਹ ਆਏ ਹੋਏ ਆ, ਉਹਨਾਂ ਨੂੰ ਉਹ ਖਿਲਾਉਣਾ ਚਾਹੀਦਾ ਜੋ ਉਹਨਾਂ ਦੀ ਫੇਵਰਿਟ ਚੀਜ਼ ਸੀ। ਹੁਣ ਕਈ ਵਾਰੀ ਸਾਨੂੰ ਲੋਕੀ ਮਜ਼ਾਕ ਵੀ ਕਰਦੇ ਆ, ਜੱਟ ਫੈਮਿਲੀ ਦੇ ਆ ਕੇ ਕਹਿੰਦੇ ਸਾਡਾ ਜਿਹੜਾ ਭਾਈ ਸੀ ਉਹ ਤਾਂ ਮੁਰਗੇ ਖਾਂਦਾ ਸੀ, ਹੁਣ ਮੁਰਗੇ ਥੋੜੀ ਖਾਊਗਾ। ਇਹ ਵੀ ਗੱਲ ਆਉਂਦੀ ਹੈ ਨਾ, ਇਹ ਗੱਲ ਨਹੀਂ, ਜਿਹੜਾ ਸਾਤਵਿਕ ਭੋਜਨ ਆ ਜਿਹੜਾ ਉਹਨਾਂ ਨੂੰ ਪਸੰਦ ਸੀ, ਹੁਣ ਜੇ ਕੋਈ ਬੰਦਾ ਨੌਨ ਵੈਜ ਵੀ ਖਾਂਦਾ ਉਹ ਤੇ 24 ਆਵਰਸ ਜਾਂ ਚਾਰ ਤਿੰਨ ਟਾਈਮ ਭੋਜਨ ਕਰਦੇ, ਨੌਨ ਵੈਜ ਤਾਂ ਨਹੀਂ ਖਾਈ ਜਾਂਦਾ, ਮਨਪਸੰਦ ਦਾ ਮਤਲਬ ਜੋ ਉਹਨੂੰ ਜ਼ਿਆਦਾ ਪਸੰਦ ਸੀ, ਉਹ ਚੀਜ਼ ਉਹਦੇ ਨਿਮਿਤ ਦਾਨ ਕਰਨੀ ਚਾਹੀਦੀ ਆ, ਤਾਂ ਉਹਦਾ ਜਿਹੜਾ ਫਾਇਦਾ ਮਿਲੇਗਾ। ਸੋ ਥੈਂਕ ਯੂ ਸੋ ਮਚ, ਤੁਸੀਂ ਇੰਨੇ ਵਿਸਥਾਰ ਦੇ ਸਾਇੰਟੀਫਿਕਲੀ ਵੀ ਔਰ ਐਸਟ੍ਰੋਲੋਜੀਕਲੀ ਵੀ ਤੁਸੀਂ ਦੋਨਾਂ ਚੀਜ਼ਾਂ ਨੂੰ ਇੱਕ ਇਕੱਠਾ ਕਰਕੇ ਸਾਨੂੰ ਬਹੁਤ ਸਹੀ ਰਿਜ਼ਲਟ ਵੀ ਦੱਸਿਆ ਔਰ ਉਪਾਅ ਵੀ ਦੱਸੇ, ਰੈਮੇਡੀਜ਼ ਵੀ ਦੱਸੀ। ਸੋ ਥੈਂਕ ਯੂ ਸੋ ਮਚ ਸਾਡੇ ਨਾਲ ਬਣਨ ਦੇ ਲਈ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਸ਼ਰਾਧ ਸ਼ਰਧਾ ਦਾ ਦੂਸਰਾ ਨਾਮ ਹੈ, ਸੋ ਸ਼ਰਾਧ ਜੇ ਤੁਸੀਂ ਕਰ ਰਹੇ ਹੋ, ਜੇ ਤੁਹਾਨੂੰ ਕੋਈ ਵੀ ਭੁੱਲੇ ਭੁੱਲੇ ਕੇ ਕੋਈ ਵਹਿਮ ਹੈਗਾ ਹੈ ਦਿਮਾਗ ਦੇ ਵਿੱਚ, ਤੁਸੀਂ ਕੋਈ ਚੀਜ਼ਾਂ ਪਾਲੀਆਂ ਹੋਈਆਂ, ਉਹ ਸਾਰੀ ਕਲੈਰਿਟੀ ਤੁਹਾਨੂੰ ਵੀਡੀਓ ਤੋਂ ਬਾਅਦ ਆਈ ਐਮ ਸ਼ੋਰ ਮਿਲੀ ਹੋਵੇਗੀ। ਔਰ ਜੇ ਵੀਡੀਓ ਲੱਗੀ ਤੁਹਾਨੂੰ ਯੂਸਫੁਲ, ਸਾਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ। ਥੈਂਕ ਯੂ ਪੰਡਿਤ ਜੀ, ਬਹੁਤ ਬਹੁਤ ਧੰਨਵਾਦ।